ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੀ ਬਹੁਤ ਹੀ ਖਾਸ ਤੇ ਪਿਆਰੀ ਪੇਸ਼ਕਸ਼ ਗੁੱਡ ਨਿਊਜ਼ ਦੇ ਵਿੱਚ। ਅੱਜ 4 ਨਵੰਬਰ ਹੈ, ਦਿਨ ਵੀਰਵਾਰ ਹੈ ਤੇ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬੰਦੀ ਛੋੜ ਦਿਵਸ ਦਾ ਤਿਉਹਾਰ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ। ਜ਼ਿਆਦਾਤਰ ਮਹਿਕਮਿਆਂ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਪਰ ਮੀਡੀਆ ਨੂੰ ਕਦੇ ਨਹੀਂ ਛੁੱਟੀ ਹੁੰਦੀ, ਸੋ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਅੱਜ ਵੀ ਤੇ ਜਿਹੜਾ ਹੈਗਾ ਜ਼ਰੂਰ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਕਰਾਂਗੇ ਕਿ ਪਟਾਕੇ ਚਲਾ ਕੇ ਪ੍ਰਦੂਸ਼ਣ ਨਾ ਕਰਿਓ। ਮੈਨੂੰ ਲੱਗਦਾ ਹੁੰਦਾ ਕਿ ਬਰੂਦ ਨੂੰ ਤੁਸੀਂ ਪੈਸਿਆਂ ਨੂੰ ਅੱਗ ਲਾ ਰਹੇ ਹੋ, ਪੈਸਿਆਂ ਦਾ ਬਰੂਦ ਖਰੀਦ ਕੇ ਉਹਨੂੰ ਅੱਗ ਲਾ ਰਹੇ ਹੋ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਦੁਨੀਆਂ 'ਤੇ ਬਹੁਤ ਸਾਰੀਆਂ ਚੀਜ਼ਾਂ ਦੀ ਅਸੀਂ ਖਰੀਦਦਾਰੀ ਕਰਦੇ ਹਾਂ, ਕਿਸੇ ਦਾ ਕੁਛ ਫਾਇਦਾ ਹੁੰਦਾ, ਕਿਸੇ ਦਾ ਕੁਛ ਸਾਨੂੰ ਲਾਭ ਹੁੰਦਾ, ਪਰ ਪਟਾਕਿਆਂ ਦਾ ਕੋਈ ਫਾਇਦਾ ਨਹੀਂ, ਸਿਰਫ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ ਅਤੇ ਵਾਤਾਵਰਨ ਦਾ ਪ੍ਰਦੂਸ਼ਣ। ਸੋ ਸਾਰਿਆਂ ਨੂੰ ਵਧਾਈ ਇਹਨਾਂ ਦੋਵਾਂ ਦਿਵਸਾਂ ਦੀ, ਦੀਵਾਲੀ ਦੀ ਅਤੇ ਬੰਦੀ ਛੋੜ ਦਿਵਸ ਦੀ। ਸੋ ਬਨਵੈਦ ਸਾਹਿਬ, ਕੀ ਗੁੱਡ ਨਿਊਜ਼ ਲੈ ਕੇ ਆਏ ਹੋ ਅੱਜ ਦੀ? ਹਰਸ਼ਨ ਜੀ, ਉੜੀਸਾ ਵਿੱਚ NGO ਆ ਜੀ, ਉਹਦਾ ਨਾਮ ਜ਼ਿੰਦਗੀ ਫਾਊਂਡੇਸ਼ਨ ਆ। ਅੱਛਾ ਜੀ ਜੀ, ਉਹਦੇ ਵੱਲੋਂ ਅੱਜ ਇੱਕ ਗੁੱਡ ਨਿਊਜ਼, ਨਹੀਂ ਬਹੁਤ ਗੁੱਡ ਨਿਊਜ਼ ਆ। ਅੱਛਾ, ਵੱਡੀ ਵਾਲੀ ਗੁੱਡ ਨਿਊਜ਼ ਜੀ। ਰਿਜ਼ਲਟ ਆਇਆ ਜੀ, ਤੁਹਾਨੂੰ ਪਤਾ ਹੋਣਾ ਨੀਟ ਦਾ, ਪਿਛਲੇ ਦਿਨ ਦੋ ਦਿਨ ਪਹਿਲਾਂ। ਇਹ ਜਿਹੜੀ ਸੰਸਥਾ ਹੈ ਨਾ ਜੀ, ਇਹ ਜਿਹੜੇ ਬਹੁਤ ਗਰੀਬ ਕਮਜ਼ੋਰ ਵਰਗ ਦੇ ਬੱਚੇ ਆ ਉਹਨਾਂ ਨੂੰ ਪੜ੍ਹਾਉਂਦੀ ਆ, ਠੀਕ ਹੈ, ਅਤੇ ਇਸ ਫਾਊਂਡੇਸ਼ਨ ਦੇ 18 ਦੇ 18 ਵਿਦਿਆਰਥੀ ਨੀਟ ਕੁਆਲੀਫਾਈ ਕਰ ਗਏ। ਵਾਹ, ਇਹ ਤਾਂ ਬਹੁਤ ਹੀ ਸੱਚੀ ਮੁੱਚੀ ਗੁੱਡ ਨਿਊਜ਼ ਹੈ। 18 ਦੇ 18 ਵਿਦਿਆਰਥੀ, 18 ਦੇ 18 ਵਿਦਿਆਰਥੀ। ਅੱਛਾ, ਰੈਂਕ ਵੀ ਅੱਛਾ ਲਿਆ ਕਿ? ਜੀ ਜੀ, ਜਿਹੜਾ ਸਭ ਤੋਂ ਅੱਛਾ ਰੈਂਕ ਲਿਆ, ਮੈਂ ਤੁਹਾਨੂੰ ਦੱਸਣ ਲੱਗਾ, ਕੁੜੀ ਸ਼ਿਵਾਨੀ ਆ, ਉਹਦਾ ਫਾਦਰ ਰਿਕਸ਼ਾ ਚਲਾਉਂਦਾ। ਅੱਛਾ, ਤੇ ਉਹਦਾ ਆਲ ਇੰਡੀਆ ਵਿੱਚ 675 ਰੈਂਕ ਆ। ਕਿਉਂਕਿ ਤੁਸੀਂ ਰੈਂਕ ਦੀ ਗੱਲ ਕਰਤੀ, ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਬੱਚਿਆਂ ਦਾ ਜਿਹੜੀ ਮੈਂ ਬਾਅਦ 'ਚ ਗੱਲ ਕਰਨੀ ਸੀ, ਇੰਨਾ ਵਧੀਆ ਰੈਂਕ ਆ ਸਾਰਿਆਂ ਦਾ ਕਿ ਉਹ ਉੜੀਸਾ ਦੇ ਕਿਸੇ ਵੀ ਕਹਿੰਦੇ ਕਹਾਉਂਦੇ ਮੈਡੀਕਲ ਕਾਲਜ ਦਾਖਲਾ ਲੈ ਸਕਣਗੇ। ਜੀ ਜੀ ਜੀ, ਕਮਾਲ ਕਰਤੀ, ਮਤਲਬ ਸੰਸਥਾ ਨੇ ਵੀ ਤੇ ਉੱਥੇ ਜਿਹੜੇ ਪੜ੍ਹਦੇ ਬੱਚੇ ਨੇ, ਯਾਨੀ ਕਿ ਬੱਚੇ ਵੀ ਮਿਹਨਤੀ ਹੈਗੇ ਨੇ ਤੇ ਸੰਸਥਾ ਵੀ ਸਹੀ ਤਰੀਕੇ ਨਾਲ ਪਾਲ ਰਹੀ ਹੈ। ਦੇਖੋ, ਇਹ ਅਜੇ ਬਹਾਦਰ ਸਿੰਘ ਨਾਂ ਦੇ ਇੱਕ ਸ਼ਖਸ ਨੇ, ਉਹ ਚਲਾਉਂਦੇ ਨੇ ਜੀ ਸੰਸਥਾ, ਠੀਕ ਹੈ। ਜਿਹੜੇ 18 ਬੱਚੇ ਆ ਨਾ ਜੀ, ਇਹ 18 ਦੇ 18 ਬੱਚਿਆਂ ਵਿੱਚੋਂ ਬਹੁਤ ਸਾਰਿਆਂ ਦੇ ਫਾਦਰ ਜਿਹੜੇ ਆ ਉਹ ਰਿਕਸ਼ਾ ਚਲਾਉਂਦੇ ਆ। ਅੱਛਾ, ਕਿਸੇ ਦਾ ਪਿਤਾ ਜਿਹੜਾ ਆ ਉਹ ਭੰਗੀ ਆ ਜੀ। ਇੱਕ ਬੱਚਾ ਜਿਹੜਾ ਹੈਗਾ ਉਹਦਾ ਫਾਦਰ ਜਿਹੜਾ ਆ ਉਹ ਬੇਜ਼ਮੀਨਾ ਕਿਸਾਨ ਆ। ਇੱਕ ਹੋਰ ਦਾ ਬੱਚਾ ਜਿਹੜਾ ਆ ਫਾਦਰ ਉਹ ਠੇਲਾ ਚਲਾਉਂਦਾ ਜੀ। ਸੋ ਇੱਕ ਹੋਰ ਦਾ ਫਾਦਰ ਜਿਹੜਾ ਆ ਉਹ ਸੜਕਾਂ ਤੇ ਜਿਹੜੀ ਲੁੱਕ ਪਾਉਂਦੇ ਆ ਪਾ ਕੇ ਵਰਦੀਆਂ ਉਹ ਕੰਮ ਕਰਦਾ। ਯਾਨੀ ਕਿ ਸਾਰੇ ਕਮਜ਼ੋਰ ਵਰਗਾਂ ਦੇ ਜਿਹੜੇ ਪਰਿਵਾਰ ਆ, ਬਹੁਤ ਕਮਜ਼ੋਰ ਵਰਗਾਂ ਦੇ, ਕਿਉਂਕਿ ਆਪਾਂ ਭੰਗੀਆਂ ਨੂੰ ਤਾਂ ਆਪਾਂ ਬਹੁਤ ਉਹਨਾਂ ਵਿੱਚ ਲਵਾਂਗੇ, ਹੈ ਨਾ। ਸੋ ਸਾਰੇ ਦੇ ਸਾਰੇ ਜਿਹੜੇ ਬੱਚੇ ਆ ਨਾ ਜੀ, ਉਸ ਪਰਿਵਾਰ ਦੇ ਬੱਚੇ ਆ ਜਿਨ੍ਹਾਂ ਬੱਚਿਆਂ ਨੂੰ ਆਪਾਂ ਇਹ ਕਹਿ ਲਈਏ ਕਿ ਸ਼ਾਇਦ ਹਾਲੇ ਤੱਕ ਬਹੁਤਾ ਨਹੀਂ ਪਤਾ ਹੁੰਦਾ ਕਿ ਡਾਕਟਰ ਕੀ ਹੁੰਦੇ, ਡਾਕਟਰ ਬਣਦੇ ਕਿਵੇਂ ਆ, ਬਣਦੇ ਕਿਵੇਂ। ਮੈਂ ਆਪਣੀ ਗੱਲ ਵੀ ਕਰਨਾ ਕਿ ਸਾਡੇ ਜਦੋਂ ਅਸੀਂ ਛੋਟੇ ਪੜ੍ਹਦੇ ਹੁੰਦੇ ਸੀ ਨਾ, ਸਾਨੂੰ ਨਹੀਂ ਸੀ ਪਤਾ ਹੁੰਦਾ ਕਿ ਸਾਇੰਸ ਤੇ ਸਟਰੀਮ, ਆਰਟਸ ਸਟਰੀਮ ਕਿਆ ਹੁੰਦੀ ਆ ਜਾਂ ਕਮਰਸ ਸਟਰੀਮ ਦਾ ਤੁਹਾਨੂੰ ਨਹੀਂ ਸੀ ਹੁੰਦੀ। ਔਰ ਰਿਐਲਿਟੀ ਇਹ ਹੈ ਕਿ ਉਹਨਾਂ ਬੱਚਿਆਂ ਨੂੰ ਇਹ ਨਹੀਂ ਸੀ ਪਤਾ ਜੀ ਜੀ। ਹੁਣ ਜਿਹੜੀ ਉਹ ਤੋਂ ਅਗਲੀ ਗੱਲ, ਵੱਡੀ ਗੱਲ ਇਹ ਹੈ ਨਾ ਜੀ, ਇਹ ਜਿਹੜੀ ਸੰਸਥਾ ਨਾ ਜੀ, ਇਹ ਇਹਨਾਂ ਬੱਚਿਆਂ ਨੂੰ ਆਪਣੇ ਕੋਲ ਰੱਖ ਕੇ ਪੜ੍ਹਾਉਂਦੀ ਆ, ਠੀਕ ਹੈ। ਉਹਨਾਂ ਨੂੰ ਕੱਪੜੇ ਵੀ ਪ੍ਰੋਵਾਈਡ ਕਰਦੀ ਹੈ ਜੀ, ਉਹਨਾਂ ਨੂੰ ਭੋਜਨ ਵੀ, ਉਹਨਾਂ ਨੂੰ ਕੋਚਿੰਗ ਵੀ, ਉਹਨਾਂ ਦਾ ਸਟੇਸ਼ਨਰੀ, ਹਰ ਜਿਹੜਾ ਖਰਚਾ ਆ, ਮਤਲਬ ਰਹਿਣ ਸਹਿਣ ਦਾ ਸਭ ਕੁਝ, ਉਹ ਸਾਰਾ ਜ਼ਿੰਦਗੀ ਫਾਊਂਡੇਸ਼ਨ ਚਲਾਉਂਦੀ ਆ ਜੀ। ਜੀ ਜੀ, ਇੱਕ ਹੋਰ ਜਿਹੜੀ ਬਹੁਤ ਚੰਗੀ ਗੱਲ ਆ, ਜਿਹੜੇ ਬੱਚੇ ਆ ਨਾ ਜੀ, ਜਦੋਂ ਉਹਨਾਂ ਨੇ ਪਾਸ ਹੋ ਕੁਆਲੀਫਾਈ ਕਰਕੇ ਜਿਹੜਾ ਅਜੇ ਬਹਾਦਰ ਸਿੰਘ ਆ ਉਹਨਾਂ ਕੋਲ ਆਏ, ਗੱਲਬਾਤ ਕੀਤੀ, ਤਾਂ ਉਹਨਾਂ ਦੇ ਜਿਹੜੇ ਪੇਰੈਂਟਸ ਆ ਜਾਂ ਬੱਚਿਆਂ ਨੇ ਕਿਹਾ ਕਿ ਅਸੀਂ ਸੰਸਥਾ ਲਈ ਕੀ ਕਰ ਸਕਦੇ ਹਾਂ। ਜੀ ਜੀ, ਤਾਂ ਅਜੇ ਬਹਾਦਰ ਸਿੰਘ ਉਹਨਾਂ ਨੇ ਕਿਹਾ ਕਿ ਤੁਸੀਂ ਸੰਸਥਾ ਲਈ ਬਹੁਤ ਵੱਡਾ ਕੰਮ ਕਰ ਸਕਦੇ ਹੋ ਜੀ ਜੀ, ਜੇ ਤੁਸੀਂ ਉਹਨਾਂ ਲੋਕਾਂ ਨੂੰ ਬਿਹਤਰ ਮੈਡੀਕਲ ਫੈਸਿਲਿਟੀ ਦੇ ਦੋਗੇ ਜਿਹਨਾਂ ਤੱਕ ਜਿਹੜੀਆਂ ਸਿਹਤ ਸਹੂਲਤਾਂ ਨਹੀਂ ਪਹੁੰਚ ਰਹੀਆਂ, ਠੀਕ ਹੈ। ਸੋ ਇਹ ਜਿਹੜਾ ਮਤਲਬ ਅਜੇ ਬਹਾਦਰ ਸਿੰਘ ਦੀ ਸੋਚ ਆ ਬੱਚਿਆਂ ਨੂੰ ਸੁਣਿਆ ਕਿ ਜਿਹੜੇ ਲੋਕ ਸਿਹਤ ਸਹੂਲਤਾਂ ਨਹੀਂ ਲੈ ਸਕਦੇ ਤੁਸੀਂ ਉਹਨਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣੀ, ਬਿਹਤਰ ਦੇਣੀਆਂ, ਬਿਲਕੁਲ ਇੱਕ ਚੰਗੇ ਮਕਸਦ ਨਾਲ ਕੰਮ ਕਰ ਰਹੇ ਜੀ। ਤੇ ਜਦੋਂ ਇਹ ਵੀ ਪਤਾ ਲੱਗਾ ਕਿ ਜਦੋਂ ਅਜੇ ਬਹਾਦਰ ਸਿੰਘ ਨੂੰ ਕੋਈ ਹੋਰ ਦਾਨੀ ਸੱਜਣ ਸੰਪਰਕ ਕਰਦਾ ਕਿ ਅਸੀਂ ਸੰਸਥਾ ਲਈ ਕੀ ਕਰ ਸਕਦੇ ਹਾਂ, ਤਾਂ ਉਹ ਵੀ ਇਹੀ ਕਹਿੰਦੇ ਆ ਕਿ ਤੁਸੀਂ ਸਾਡੇ ਕੋਲ ਯੋਗ ਦਾਨ ਦੇਣ ਪਾਉਣ ਦੀ ਥਾਂ ਤੁਸੀਂ ਉਹਨਾਂ ਲੋਕਾਂ ਤੱਕ ਬੈਟਰ ਫੈਸਿਲਿਟੀ ਜਿਹੜੀਆਂ ਹੈਲਥ ਦੀਆਂ ਪਹੁੰਚਾ ਦਿਓ, ਜਿਹਨਾਂ ਕੋਲ ਇਲਾਜ ਕਰਾਉਣ ਦੀ ਜਾਂ ਜਿਹਨਾਂ ਦੇ ਪਿੰਡਾਂ 'ਚ ਕੋਈ ਡਾਕਟਰ ਨਹੀਂ ਹੈਗਾ। ਸੋ ਇਸ ਤਰ੍ਹਾਂ ਦੀ ਜਿਹੜੀ ਦੂਰੀ ਸੋਚ ਆ, ਇੱਕ ਤਾਂ ਇਹ ਅਜਿਹੇ ਬੱਚਿਆਂ ਨੂੰ ਪੜ੍ਹਾਉਣਾ ਜੀ ਜੀ, ਫਿਰ ਕਿਸੇ ਵੱਲ ਮਤਲਬ ਝਾਕ ਨਾ ਰੱਖਣੀ, ਸਗੋਂ ਇਹ ਕਹਿਣਾ ਕਿ ਤੁਸੀਂ ਇਸ ਵਰਗ ਤੱਕ ਇਹ ਸਹੂਲਤਾਂ ਪਹੁੰਚਾ ਦਿਓ, ਜਾਂ ਬੱਚਿਆਂ ਨੂੰ ਵੀ ਇਹੀ ਜਦੋਂ ਉਹਨਾਂ ਦੇ ਪੇਰੈਂਟਸ ਪੁੱਛਦੇ ਆ ਕਿ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ, ਤਾਂ ਇਹ ਕਹਿਣਾ ਕਿ ਤੁਸੀਂ ਸਾਡੇ ਲਈ ਕਰਨ ਦੀ ਥਾਂ ਉਹਨਾਂ ਲੋਕਾਂ ਨੂੰ ਕਰੋ ਜਿਹੜੇ ਸੱਚਮੁੱਚ ਹੀ ਮੈਡੀਕਲ ਸਹੂਲਤਾਂ 'ਚ ਬੰਝੇ ਆ। ਇਹ ਜਿਹੜੀਆਂ ਮਤਲਬ 3-4 ਜਿਹੜੀਆਂ ਆਪਾਂ ਗੱਲਾਂ ਕੀਆਂ, ਇਹ ਮੈਨੂੰ ਲੱਗਦਾ ਇਹ ਗੁੱਡ ਨਿਊਜ਼ ਤੋਂ
ਕੁਝ ਉੱਪਰਲੀ ਨਿਊਜ਼ ਹੈ। ਬਿਲਕੁਲ, ਬਹੁਤ ਵੱਡੀ ਗੁੱਡ ਨਿਊਜ਼ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੇ ਦਿਨ ਜਿਹੜਾ ਤਿਉਹਾਰ ਦਾ ਦਿਨ ਹੈ ਉਸ ਦਿਨ ਆਪਾਂ ਨੂੰ ਇੱਕ ਵੱਡੀ ਖਬਰ ਮਿਲੀ ਹੈ। ਤੇ ਅਸਲ ਦੇ ਵਿੱਚ ਜਿਹੜਾ ਹੈਗਾ ਚਾਨਣ ਵੀ ਇਹੀ ਹੁੰਦਾ, ਦੀਵਾਲੀ ਦੇ ਮੌਕੇ ਆਪਾਂ ਦੀਵੇ ਬਾਲ ਕੇ ਜਿਹੜਾ ਹੈਗਾ ਚਾਨਣ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸਲੀ ਜਿਹੜਾ ਚਾਨਣ ਹੈ ਉਹ ਗਿਆਨ ਦਾ ਚਾਨਣ ਹੁੰਦਾ, ਜਿਹਦੇ ਨਾਲ ਲੋਕਾਂ ਦਾ ਕੁਛ ਭਲਾ ਜਿਹੜਾ ਉਹ ਹੋ ਜਾਵੇ। ਸੋ ਇਹਨਾਂ ਦੋਵੇਂ ਤਿਉਹਾਰਾਂ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਤੁਸੀਂ ਜ਼ਰੂਰ ਧਿਆਨ ਦੇ ਨਾਲ ਸੁਰੱਖਿਅਤ ਤਰੀਕੇ ਦੇ ਨਾਲ ਇਹ ਤਿਉਹਾਰ ਮਨਾਉਣੇ ਨੇ ਪਟਾਕਿਆਂ ਤੋਂ ਬਿਨਾਂ। ਅਸ਼ਰਨ ਜੀ, ਮੈਂ ਇੱਕ ਗੱਲ ਜਿਹੜੀ ਕਹਿਣੀ ਚਾਹੁੰਦਾ ਸੀ, ਮੈਂ ਵੀ ਕਹਿਣਾ, ਆਪਾਂ ਵੈਸੇ ਘਰਾਂ ਦੀ ਸਫਾਈ ਤਾਂ ਅਕਸਰ ਕਰਦੇ ਹਾਂ, ਪਰ ਦੀਵਾਲੀ ਵੇਲੇ ਥੋੜ੍ਹਾ ਬਹੁਤ ਜ਼ਿਆਦਾ ਸਫਾਈ ਕੀਤੀ ਜਾਂਦੀ ਆ, ਜਾਂ ਆਪਾਂ ਜਿਵੇਂ ਤੁਸੀਂ ਕਿਹਾ ਘਰਾਂ ਦੇ ਨੂੰ ਰੁਸ਼ਨਾਇਆ ਜਾਂਦਾ, ਅਤੇ ਮੈਨੂੰ ਇਹ ਲੱਗਦਾ ਕਿ ਇਹ ਮੌਕਾ ਆ ਜਿੱਥੇ ਅਸੀਂ ਆਪਣੇ ਆਪ ਨਾਲ ਪ੍ਰਣ ਕਰ ਸਕਦੇ ਹਾਂ ਕਿ ਜਿਹੜੀ ਸਾਡੇ ਅੰਦਰ ਦੀ ਮੈਲ ਆ ਆਪਾਂ ਉਹ ਵੀ ਖਤਮ ਕਰ ਦਈਏ, ਅਤੇ ਜਿਹੜਾ ਮਨ ਆ ਆਪਣਾ ਅੰਦਰੋਂ ਉਹ ਰੁਸ਼ਨਾ ਲਈਏ, ਕਿਉਂਕਿ ਜਿਹੜੇ ਸਵਾਬ ਆ ਜਿਹੜੇ ਤਿਉਹਾਰ ਹੁੰਦੇ ਆ ਉਹ ਇਹੀ ਸਵੱਬ ਜ਼ਰੀਆ ਬਣਦੇ ਆ ਕਿ ਅਸੀਂ ਆਪਣੇ ਆਪ ਜਿਹੜਾ ਆ ਝਾਤੀ ਮਾਰ ਲਈਏ, ਅਤੇ ਜਿਵੇਂ ਘਰਾਂ ਦੀ ਆਪਾਂ ਸਫਾਈ ਕਰਦੇ ਹਾਂ ਆਪਣੇ ਅੰਦਰ ਦੀ ਸਫਾਈ ਕਰਕੇ ਜਿਹੜਾ ਰੋਸ਼ਨੀ ਆ ਉਹ ਚਮਕਾ ਲਈਏ। ਬਿਲਕੁਲ ਬਿਲਕੁਲ, ਸਭ ਤੋਂ ਵੱਡੀ ਗੱਲ ਹੈ ਹੀ ਇਹੀ ਇਨਸਾਨ ਦੇ ਜੀਵਨ ਦੀ, ਆਪਾਂ ਕਹਿੰਦੇ ਪ੍ਰਾਪਤੀ ਇਹੀ ਹੈ ਕਿ ਜੇ ਤੁਹਾਡਾ ਮਨ ਸਾਫ਼ ਨਿਰਮਲ ਹੋ ਗਿਆ ਤਾਂ ਇਹ ਤੋਂ ਵੱਡਾ ਹੋਰ ਕੁਛ ਨਹੀਂ ਹੈਗਾ। ਮਨ ਜਦੋਂ ਸ਼ੁੱਧ ਅਤੇ ਸਾਫ਼ ਹੈ ਅਤੇ ਪਾਕ ਹੈ ਅਤੇ ਮਨ ਨੂੰ ਸ਼ਾਂਤੀ ਵੀ ਉਨੀ ਹੀ ਮਿਲਦੀ ਹੈ। ਸੋ ਕੱਲ੍ਹ ਨੂੰ ਫਿਰ ਮਿਲਾਂਗੇ ਗੁੱਡ ਨਿਊਜ਼ ਦੇ ਨਾਲ। ਬਨਵੈਰ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਅਤੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ।